रुको अभी नहीं, एक मिनट थोड़ा पढ़ रही हूँ। सिर्फ एक मिनट में वीडियो चली हुई है। ਜਰਬਾ ਕਰਕੇ ਦੇਖਦੇ ਆ ਜਿਵੇਂ ਹੁਣ ਕੋਈ ਆਸਾਨ ਮਰਬਤ ਨਹੀਂ। ਕੱਲ ਮੇਰੀ ਤਬੀਅਤ ਖਰਾਬ ਸੀ, ਮੇਰੇ ਦਿਮਾਗ ਤੇ ਸਵਾਰ ਹੋਈ ਸੀ ਮਾਂ ਕੋ ਕੱਪੜੇ ਹਨ ਤੇ ਮੈਂ ਲੈ ਆ। ਮੈਂ ਲਿਆ ਕੇ ਦਿਖਾਏ ਪਹਿਲਾ ਸੂਟ ਇਹ ਕੱਢਿਆ ਵਾ, ਕਹਿੰਦੇ ਕਿੰਨੇ ਦਾ? ਮੈਂ ਕਿਹਾ 1100। ਤੇ ਮੈਂ ਕਿਹਾ ਸੀ ਇਹਨਾਂ ਦਾ ਲੈ ਗਿਆ, ਤੇ ਮੈਂ ਕਿਹਾ ਹਲਕੀ ਰੇਂਜ ਲੈਣਾ। ਤੂੰ ਅੱਜ ਕਹਿੰਦੇ ਆਪਣਾ ਕਮਿਸ਼ਨ ਕੱਢ ਲਿਆ ਹੋਣਾ, ਏਦਾਂ ਸੜੀਆਂ ਗੱਲਾਂ ਕਰ। ਮੈਂ ਉੱਥੇ ਵਾਪਸ ਆ ਤਾਂ ਮੈਂ ਮੁੜ ਕੇ ਨਾ ਉਹਨਾਂ ਨੂੰ ਦੇਖਿਓ। ਮੈਂ ਕਿਹਾ ਹੁਣ ਤੁਸੀਂ ਇਹਦਾ ਮੈਂ ਮੁੜ ਆਊਂਗੀ ਤੇ ਤੁਸੀਂ ਉਹਨਾਂ ਨੂੰ ਮੈਨੂੰ 600 ਦਾ ਸੂਟ ਲਿਆ ਕੇ ਦਿਖਾ ਦੀ, ਮੈਂ ਲੈ ਆਊਂਗਾ। ਕਹਿੰਦੇ ਮੈਂ ਕਿਹੜਾ ਤੇਰੇ ਮੀਨਾ ਤੇ ਛੁੱਟਿਆ ਹੋਇਆ, ਉਹ ਨਾਲ ਮੀਨੋਲਾ ਦੇ ਮੈਨੂੰ ਵੀ ਨਾਲ ਰਲਾ ਦੇਣਾ। ਮੈਂ ਕਿਹੜਾ ਤੇਰੇ ਦੇ ਮੀਨਾ ਤੇ ਛੁੱਟਿਆ ਮਾਨ ਸੜੀਆਂ ਗੱਲਾਂ ਨਾਲ ਮੇਰਾ ਬਲੱਡ ਪ੍ਰੈਸ਼ਰ ਹਾਈ ਹੁੰਦਾ। ਫਿਰ ਇੱਕ ਬੰਦਾ ਆਪਣੀ ਤਕਲੀਫ ਨੂੰ ਭੁਲਾ ਕੇ ਤੁਹਾਡਾ ਸਾਥ ਦੇਣ ਵਾਸਤੇ ਮੈਨੂੰ ਕੀ ਸੀ? ਬਲਾਲ ਨੂੰ ਟੇਕ ਨਹੀਂ ਨਾ ਆਈ ਉਹਦੇ ਨਾਲ ਉਸੀ ਕੈਟਾਗਰੀ ਚ ਜਿਹੜਾ ਕਾਲਾ ਸੂਟ ਨੀ ਇਹ ਉਹਦੇ ਨਾਲ ਦਾ ਮਹਿੰਦੀ